ਜਦੋਂ ਫਾਦਰ ਸਾਹਿਬ ਦੀ ਡੈਥ ਹੋਈ ਵੱਡੇ ਹੋਏ ਇਹ ਉਹਨਾਂ ਦੇ ਨਾਲ ਐਜ ਏ ਹੈਲਪ ਕੰਮ ਕਰਦਾ ਜਿਹੜੀ ਡਿਊਟੀ ਇਹਨੂੰ ਦੇ ਦਿੰਦੇ ਸੀ ਇਹ ਕਰਦਾ ਸੀ ਪਰ ਜਦੋਂ ਇਹਦਾ ਭਰਾ ਅਲੱਗ ਹੋ ਗਿਆ ਉਹਨੇ ਇਹਨੂੰ ਦੁਕਾਨ ਦੇ ਦਿੱਤੀ ਆਪਣੀ ਪੁਰਾਣੀ ਅੱਡਾ ਵੀ ਤੂੰ ਸਾਂਭ ਲਾ ਚੱਲ ਪਰ ਇਹ ਤੋਂ ਚੱਲਿਆ ਹੀ ਨਹੀਂ ਬਾਈ ਮੈਨੇਜਮੈਂਟ ਨਹੀਂ ਕਰਨ ਵਾਲਾ ਇਹ ਰੱਬ ਦਾ ਬੰਦਾ ਸਿੱਧਾ ਭਗਤ ਬੰਦਾ ਸੀ ਇਹਨੂੰ ਸਪੋਰਟ ਸੀ ਉਹਨਾਂ ਦੀ ਲੋੜ ਸੀ ਉਹਨਾਂ ਦੀ ਪਰ ਉਹਨਾਂ ਨੇ ਪਰੇ ਹੋ ਗਏ ਉਹਨਾਂ ਨੂੰ ਐਂ ਸੀ ਵੀ ਇਹਦਾ ਭਾਰ ਢੋਣਾ ਪਊ ਸੀ ਜਦੋਂ ਅਸੀਂ ਉੱਥੇ ਗਏ ਵੀ ਉਸ ਦਿਨ ਵੀ ਇਹਦੇ ਚਾਚਾ ਜੀ ਵੀ ਇਹਦੇ ਬ੍ਰਦਰ ਵੀ ਇਹੀ ਕਹੀ ਪਹਿਲਾਂ ਉਹਨੂੰ ਸੱਦੋ ਜੀ ਪਹਿਲਾਂ ਉਹਨੂੰ ਕਹੋ ਤੁਸੀਂ ਜੇ ਉਹ ਤੁਰੂਗਾ ਤਾਂ ਮੈਂ ਵੀ ਆ ਜਾਊਂਗਾ ਤਾਂ ਇਹ ਪਹਿਲੇ ਆਪ ਦੇ ਚੱਕਰ ਵਿੱਚ ਇਹ ਵਿਚਾਰਾ ਕਿਤੇ ਨਾ ਕਿਤੇ ਇਕੱਲਾ ਰਹਿ ਗਿਆ ਉਹਦੇ ਨਾਲ ਉਹਦਾ ਪਰਿਵਾਰ ਨੇ ਪਹਿਲਾਂ ਸਾਥ ਦੇਣਾ ਹੁੰਦਾ ਪਰਿਵਾਰ ਪਿੱਛੇ ਹਟ ਗਿਆ ਤਾਂ ਇਹ ਪੀਰ ਦੇ ਤੁਸੀਂ ਦੇਖਿਆ ਨਰਕ ਵਰਗੇ ਹਾਲਾਤ ਬਣ ਗਏ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਲੱਕੀ ਠੀਕ ਆ ਵੀਰਾ ਹੁਣ ਜੇ ਸਾਥ ਦੇਣ ਤਾਂ ਬਿਲਕੁਲ ਨੋਰਮਲ ਹੋ ਜੂ ਕਿਉਂਕਿ ਇਨਸਾਨ ਬੰਦੇ ਦੀ ਬੰਦਾ ਹੀ ਦਾਰੂ ਆ ਬਾਈ ਦਵਾਈਆਂ ਦਾ ਇੱਕ ਬਹਾਨਾ ਵਾ ਦਵਾਈਆਂ ਸਾਨੂੰ ਰਿਲੈਕਸ ਕਰ ਸਕਦੀਆਂ ਨੀਂਦ ਦੇ ਸਕਦੀਆਂ ਦਵਾਈਆਂ ਸਾਨੂੰ ਠੀਕ ਨਹੀਂ ਕਰ ਸਕਦੀਆਂ ਠੀਕ ਆਪਣੇ ਪਣ ਨੇ ਕਰਨਾ ਮੈਂ ਇੰਡਸਟਰੀ ਨੂੰ ਇਹਦੇ ਵਿੱਚ ਕਹਿਣਾ ਵੀ ਕਿਸਮਤ ਆ ਸਾਡੀ ਉਹ ਵੀ ਬਹੁਤ ਵੱਡਾ ਰੋਲ ਅਦਾ ਕਰਦੀ ਲੱਕੀ ਨੇ ਜਿੰਨਾ ਸਮਾਂ ਉੱਥੇ ਬਨਵਾਸ ਕੱਟਣਾ ਸੀ ਜੋ ਨਰਕ ਕੱਟਣਾ ਸੀ ਉਹ ਕੱਟਿਆ ਗਿਆ ਉੱਥੇ ਉਹਨਾਂ ਦਾ ਨੌਜਵਾਨ ਮੁੰਡਾ ਅਨਮੋਲ ਉਹਦੀ ਉਮਰ 18-19 ਸਾਲ ਆ ਉਹਨੇ ਸਾਨੂੰ ਵੀਡੀਓ ਬਣਾ ਕੇ ਦੱਸੀ ਵੀ ਸਾਡੇ ਇੱਕ ਸ਼ਹਿਰ ਦੇ ਵਿੱਚ ਬਾਊ ਆ ਵੀ ਤਕੜੇ ਬਾਣੀ ਹੈ ਬੜਾ ਤਕੜਾ ਨਾਂ ਉਹਨਾਂ ਦਾ ਦੁਕਾਨਾਂ ਦਾ 5-5 ਲੱਖ ਰੁਪਏ ਦੀ ਰੋਜ਼ ਦੀ ਸੇਲ ਆ ਦੁਕਾਨਾਂ ਦੀ ਵੀ ਬਹੁਤ ਮਾੜੀ ਹਾਲਤ ਦੇ ਵਿੱਚ ਉੱਥੇ ਰਹਿੰਦਾ ਵੀਰ ਉਹਦਾ ਪਰਿਵਾਰ ਵੀ ਹੈ ਨੀ ਕੋਈ ਪਿੱਛੇ ਇਕੱਲਾ ਹੀ ਆ ਸੜਕ ਦੁਕਾਨ ਤੇ ਆ ਕੇ ਖੋਲ ਲੈਂਦਾ ਉਹਦੇ ਵਿੱਚੋਂ ਕੂੜਾ ਚੱਕ ਚੱਕ ਕੇ ਖਾਈ ਜਾਂਦਾ ਪੁਰਾਣੀਆਂ ਬਦਾਮ ਕਾਜੂ ਸੁੰਡੀਆਂ ਪਏ ਵਾਲੇ ਉਹ ਵੀ ਖਾਈ ਜਾਂਦਾ ਹਨ ਤਾਂ ਅਸੀਂ ਉੱਥੇ ਵੈਰੀਫਾਈ ਕੀਤਾ ਸਾਡੀ ਟੀਮ ਦੇ ਮੈਂਬਰ ਉਹਨਾਂ ਨੂੰ ਕਾਲ ਕੀਤੀ ਜਦੋਂ ਪਤਾ ਕੀਤਾ ਤਾਂ ਹਾਲਾਤ ਵੱਧ ਤੋਂ ਬਦਤਰ ਸੀ ਵਾਕਈ ਅਸੀਂ ਉੱਥੇ ਗਏ ਲੱਕੀ ਗੁਪਤਾ ਵੀਰ ਤੁਸੀਂ ਜਿਵੇਂ ਸਾਰਿਆਂ ਨੇ ਵੀਡੀਓ ਰਾਹੀਂ ਵੀ ਦੇਖਿਆ ਹੈ ਨਾ ਪਬਲਿਕ ਨੇ ਤਾਂ ਹਾਲਾਤ ਸਾਨੂੰ ਵੀ ਗੁੱਸੇ 'ਚ ਬੋਲਿਆ ਗਾਲਾਂ ਕੱਢਦਾ ਸੀ ਅਗਰੈਸ਼ਨ ਬਹੁਤ ਸੀ ਕਿਉਂਕਿ ਕਹਿੰਦਾ ਮੈਂ ਡਰਿਆ ਹੋਇਆ ਕਹਿੰਦਾ ਮੈਨੂੰ ਕੋਈ ਬੁਲਾਉਂਦਾ ਹੀ ਨਹੀਂ 3 ਸਾਲ ਤੋਂ ਕਿਸੇ ਨੇ ਬੁਲਾਇਆ ਹੀ ਨਹੀਂ ਜੇ ਕੋਈ ਦੁਕਾਨ ਵਾਲਾ ਸਾਹਮਣੇ ਵਾਲਾ ਜਾਂ ਇਹ ਕਿਸੇ ਨੂੰ ਬੁਲਾ ਵੀ ਲੈਂਦਾ ਸੀ ਤਾਂ ਉਹ ਬੁਲਾਉਂਦੇ ਨਹੀਂ ਸੀ ਉਹ ਘੂਰ ਦਿੰਦੇ ਸੀ ਲੋਕਾਂ ਨੂੰ ਜਾਂ ਇਹ ਉਹਨਾਂ ਨੂੰ ਗਾਲਾਂ ਕੱਢਣ ਲੱਗ ਜਾਂਦਾ ਸੀ ਕਹਿੰਦਾ ਗੁੱਸੇ 'ਚ ਆਇਆ ਹੋਇਆ ਤਾਂ ਫਿਰ ਇਸੇ ਕੰਡੀਸ਼ਨ ਦੇ ਵਿੱਚ ਜਦੋਂ ਪ੍ਰੋਬਲਮ 'ਚ ਗਿਆ ਤਾਂ ਫਿਰ ਇਹਨਾਂ ਦੇ ਵਾਈਫ ਤੇ ਬੱਚੇ ਵੀ ਛੱਡ ਕੇ ਚਲੇ ਗਏ ਕਿਉਂਕਿ ਇਹ ਮਾਰਦਾ ਕੁੱਟਦਾ ਸੀ ਗੁੱਸਾ ਚੜ੍ਹਦਾ ਸੀ ਇਹਨੂੰ ਤਾਂ ਇਕੱਲਾ ਰਹਿ ਗਿਆ ਇਕੱਲਾ ਜਦੋਂ ਪਿੱਛੇ ਬੰਦਾ ਰਹਿੰਦਾ ਤਾਂ ਅੱਜ ਦਾ ਇਨਸਾਨ ਜਾਨਵਰਾਂ ਵਾਲੇ ਹਾਲਾਤ ਹੋ ਗਏ ਸਾਡੇ ਜਦੋਂ ਇੱਜੜ ਤੁਰਦਾ ਜਦੋਂ ਜਿਹੜਾ ਪਿੱਛੇ ਰਹਿ ਗਿਆ ਜਾਂ ਤਾਂ ਉਹਨੂੰ ਲਤੜ ਕੇ ਲੰਘ ਜਾਂਦੇ ਨੇ ਜਾਂ ਪਿੱਛੇ ਰਹਿ ਜਾਂਦਾ ਉਹਨੂੰ ਕੋਈ ਨਾਲ ਠਾ ਕੇ ਲੈ ਕੇ ਨਹੀਂ ਜਾਂਦਾ ਤੇ ਅੱਜ ਅਸੀਂ ਵੀ ਉਸੇ ਤਰ੍ਹਾਂ ਵਿਹਾਰ ਕਰਦੇ ਹਾਂ ਜਿਹੜਾ ਬੰਦਾ ਅੱਜ ਦੇ ਸਮੇਂ 'ਚ ਪਰ ਅਸੀਂ ਛੋਟੀ ਜਿਹੀ ਇੱਕ ਕੋਸ਼ਿਸ਼ ਕੀਤੀ ਉਪਰਾਲਾ ਕੀਤਾ ਲੱਕੀ ਵੀਰੇ ਨੂੰ ਲੈ ਕੇ ਆਏ ਇਸ਼ਨਾਨ ਪਾਣੀ ਕਰਾਇਆ ਦਵਾਈ ਸ਼ੁਰੂ ਕਰਾਈ ਸਾਈਕੈਟ੍ਰਿਕ ਡਾਕਟਰ ਤੋਂ 8-10 ਦਿਨਾਂ ਦੇ ਵਕਫੇ ਦੇ ਵਿੱਚ ਹੀ ਲੱਕੀ ਵੀਰਾ ਸਾਨੂੰ ਜਿਹੜਾ ਲੱਗਦਾ ਉਸ ਦਿਨ ਤੋਂ ਲੈ ਕੇ ਅੱਜ ਤੱਕ 50% ਤੋਂ ਪਲੱਸ ਇਹਨੂੰ ਫਰਕ ਪੈ ਗਿਆ ਵਧੀਆ ਗੱਲਾਂ ਕਰਦਾ ਆਪਣੇ ਫਿਊਚਰ ਬਾਰੇ ਸੋਚਦਾ ਜਿਵੇਂ ਹੁਣ ਤੁਸੀਂ ਉਹਨੇ ਦੇਖਿਆ ਬੱਚੀ ਨੂੰ ਕਹਿੰਦਾ ਮੈਂ ਡਾਕਟਰ ਜਾਂ ਵਕੀਲ ਬਣਾਉਣਾ ਚਾਹੁੰਦਾ ਚੰਗੇ ਸਕੂਲ 'ਚ ਪੜ੍ਹਾਉਣਾ ਚਾਹੁੰਦਾ ਤੇ ਆਪਣੀ ਦੁਕਾਨ ਦੇ ਬਾਰੇ ਵੀ ਸੋਚਦਾ ਵੀ ਮੈਂ ਇੱਕ ਦੁਕਾਨ ਨੂੰ ਆਪਣੀ ਨੂੰ ਉਸੇ ਤਰ੍ਹਾਂ ਚਲਾਵਾਂ ਪਹਿਲਾਂ ਬਸ ਪ੍ਰੋਬਲਮ ਕੀ ਸੀਗੀ ਜਦੋਂ ਇਹਨਾਂ ਦੇ ਫਾਦਰ ਸਾਹਿਬ ਦੀ ਡੈਥ ਹੋਈ ਇਹ ਉਹਨਾਂ ਦੀ ਛਤਰ ਛਾਇਆ ਹੇਠ ਪਰਿਵਾਰ ਦੇ ਵਿੱਚ ਯੂਨਿਟੀ ਦੇ ਵਿੱਚ ਕੰਮ ਕਰਦੇ ਸੀ ਜੰਮੇ ਵੀ ਜਦੋਂ ਸਾਰਾ ਪਰਿਵਾਰ ਇਕੱਠਾ ਸੀਗਾ ਤੇ ਜੁਆਇੰਟ ਫੈਮਿਲੀ 'ਚ ਜਦੋਂ ਫਾਦਰ ਸਾਹਿਬ ਦੀ ਡੈਥ ਹੋਈ ਵੱਡੇ ਹੋਏ ਇਹ ਉਹਨਾਂ ਦੇ ਨਾਲ ਐਜ ਏ ਹੈਲਪ ਕੰਮ ਕਰਦਾ ਜਿਹੜੀ ਡਿਊਟੀ ਇਹਨੂੰ ਦੇ ਦਿੰਦੇ ਸੀ ਇਹ ਕਰਦਾ ਸੀ ਪਰ ਜਦੋਂ ਇਹਦਾ ਭਰਾ ਅਲੱਗ ਹੋ ਗਿਆ ਉਹਨੇ ਇਹਨੂੰ ਦੁਕਾਨ ਦੇ ਦਿੱਤੀ ਆਪਣੀ ਪੁਰਾਣੀ ਅੱਡਾ ਵੀ ਤੂੰ ਸਾਂਭ ਲਾ ਚੱਲ ਪਰ ਇਹ ਤੋਂ ਚੱਲਿਆ ਹੀ ਨਹੀਂ ਬਾਈ ਕਿਉਂਕਿ ਇਹ ਮੈਨੇਜਮੈਂਟ ਨਹੀਂ ਕਰਨ ਵਾਲਾ ਇਹ ਰੱਬ ਦਾ ਬੰਦਾ ਸਿੱਧਾ ਭਗਤ ਬੰਦਾ ਸੀ ਇਹਨੂੰ ਸਪੋਰਟ ਸੀ ਉਹਨਾਂ ਦੀ ਲੋੜ ਸੀ ਉਹਨਾਂ ਦੀ ਪਰ ਉਹਨਾਂ ਨੇ ਪਰੇ ਹੋ ਗਏ ਉਹਨਾਂ ਨੂੰ ਐਂ ਸੀ ਵੀ ਇਹਦਾ ਭਾਰ ਢੋਣਾ ਪਊ ਸਾਨੂੰ ਅਸੀਂ ਤਾਂ ਇਹੀ ਕਹਾਂਗੇ ਵੀ ਉਹਨਾਂ ਨੇ ਜਦੋਂ ਅਸੀਂ ਉੱਥੇ ਗਏ ਵੀ ਉਸ ਦਿਨ ਵੀ ਇਹਦੇ ਚਾਚਾ ਜੀ ਵੀ ਇਹਦੇ ਬ੍ਰਦਰ ਵੀ ਇਹੀ ਕਹੀ ਜਾਣ ਪਹਿਲਾਂ ਉਹਨੂੰ ਸੱਦੋ ਜੀ ਪਹਿਲਾਂ ਉਹਨੂੰ ਕਹੋ ਤੁਸੀਂ ਜੇ ਉਹ ਤੁਰੂਗਾ ਤਾਂ ਮੈਂ ਵੀ ਆ ਜਾਊਂਗਾ ਤਾਂ ਇਹ ਪਹਿਲੇ ਆਪ ਦੇ ਚੱਕਰ ਵਿੱਚ ਇਹ ਵਿਚਾਰਾ ਕਿਤੇ ਨਾ ਕਿਤੇ ਇਕੱਲਾ ਰਹਿ ਗਿਆ ਪਬਲਿਕ ਲੋਕ ਜਿਹੜੇ ਆਸ ਪਾਸ ਉਹਦੇ ਨਾਲ ਹੁੰਦਾ ਪਰਿਵਾਰ ਨੇ ਪਹਿਲਾਂ ਸਾਥ ਦੇਣਾ ਹੁੰਦਾ ਪਰਿਵਾਰ ਪਿੱਛੇ ਹਟ ਗਿਆ ਤਾਂ ਇਹ ਵੀਰ ਦੇ ਤੁਸੀਂ ਦੇਖਿਆ ਨਰਕ ਵਰਗੇ ਹਾਲਾਤ ਬਣ ਗਏ ਤੇ ਅੱਜ ਅਸੀਂ ਕੋਸ਼ਿਸ਼ ਕੀਤੀ ਛੋਟੀ ਜਿਹੀ ਪਰਿਵਾਰ ਨੂੰ ਵੀ ਪਤਾ ਲੱਗਿਆ ਇਹਨਾਂ ਦਾ ਅਸੀਂ ਇਹਦੇ ਸਹੁਰੇ ਪਰਿਵਾਰ ਦੇ ਵਿੱਚ ਇਹਨਾਂ ਦਾ ਅਸੀਂ ਕਹਿੰਦੇ ਹਾਂ ਵੀ ਹੁਣ ਇਹਨਾਂ ਨੂੰ ਪਤਾ ਲੱਗ ਗਿਆ ਹੁਣ ਲੱਕੀ ਠੀਕ ਆ ਵੀਰਾ ਹੁਣ ਜੇ ਸਾਥ ਦੇਣ ਤੇ ਬਿਲਕੁਲ ਨੋਰਮਲ ਹੋ ਜੂ ਕਿਉਂਕਿ ਇਨਸਾਨ ਬੰਦੇ ਦੀ ਬੰਦਾ ਹੀ ਦਾਰੂ ਆ ਬਾਈ ਦਵਾਈਆਂ ਦਾ ਇੱਕ ਬਹਾਨਾ ਵਾ
ਦਵਾਈਆਂ ਸਾਨੂੰ ਰਿਲੈਕਸ ਕਰ ਸਕਦੀਆਂ, ਨੀਂਦ ਦੇ ਸਕਦੀਆਂ, ਦਵਾਈਆਂ ਸਾਨੂੰ ਠੀਕ ਨਹੀਂ ਕਰ ਸਕਦੀਆਂ। ਠੀਕ ਆਪਣੇ ਪਣ ਨੇ ਕਰਨਾ, ਜਿੱਦਾਂ ਗਰੀਸ਼ਾ ਨੇ ਆਪਣੇ ਫਾਦਰ ਨੂੰ ਆ ਕੇ ਮਿਲੀ, ਉਹ ਅਲੱਗ ਇਕੱਲੀ ਨੂੰ ਲੈ ਕੇ ਗਿਆ ਹਨਾ, ਉਹ ਆਪਣਾ ਪਣ, ਪੁੱਤ ਤੈਨੂੰ ਮੈਂ ਪੜ੍ਹਾਉਣਾ ਚਾਹੁੰਦਾ, ਜੇ ਇਸੇ ਤਰ੍ਹਾਂ ਹੀ ਬਣਿਆ ਰਹੇ ਲੱਕੀ ਤਾਂ 1 ਮਹੀਨੇ ਦੇ ਵਿੱਚ ਵਿੱਚ ਮੈਨੂੰ ਲੱਗਦਾ ਸੀ, ਕਿਉਂਕਿ ਸਾਡਾ ਤਾਂ ਐਕਸਪੀਰੀਅੰਸ ਆ, 6 ਸਾਲ ਹੋ ਗਏ 7 ਸਾਲ ਨੂੰ ਲੱਗਿਆ ਨੂੰ, ਅਸੀਂ ਇਸ ਤੋਂ ਵੀ ਮਾੜੇ ਹਾਲਾਤਾਂ ਦੇ ਵਿੱਚ ਦੇਖਦੇ ਹਾਂ। ਤੇ ਪਰ ਉਹਨਾਂ ਨੂੰ ਜਿੱਥੇ ਫੈਮਿਲੀ ਸਪੋਰਟ ਕਰ ਦਿੰਦੀ ਆ ਤਾਂ ਉੱਠ ਕੇ ਖੜੇ ਹੋ ਜਾਂਦੇ, ਜਿੱਥੇ ਨਹੀਂ ਕਰਦੀ ਉਹਨਾਂ ਨੂੰ ਸਾਡੇ ਕੋਲ ਹੋ ਗਏ 5-5, 6-6 ਸਾਲ ਵਿਚਾਰੇ, ਫਿਰ ਡਿਪਰੈਸ਼ਨ ਚਲੇ ਜਾਂਦੇ ਨੇ, ਵਾਰ ਵਾਰ ਉੱਠਦਾ ਫਿਰ ਖੜਾ ਹੋ ਕੇ ਫਿਰ ਡਿੱਗ ਪੈਂਦਾ।